हाँ जी पवित्र आत्मा दे काम विच रुकावट ना बनो। पवित्र ए जो भी होया वचन है मैं कहूंगा पॉलस दा मैं प्रचार कीता है नूह दे बारे गल रखी है नबी दे बारे गल रखी है पवित्र आत्मा दे काम विच रुकावट ना बनो। रुकावट ना बनो रुकावटा नहीं पाउनिया चाहिए धन्यवाद सीखना चाहिए रब्बा सानू जे नहीं पता लग्या तो सानू सिखा पवित्र आत्मा दा काम है ये पवित्र आत्मा दी प्रेरणा वाली गल हुंदी है ये तो पवित्र आत्मा दी प्रेरणा नहीं जड़ चाहते हो जदों तुसीं नहीं आउंदे तो समझो तुहाडे ते कोई होर ही सवार है होर कोई आत्मा सवार है ਕਿਹੜਾ ਆਤਮਾ ਹੈ ਇਹ ਠੰਡ ਦਾ ਆਤਮਾ ਆ ਗਿਆ ਬੁਰਾ ਆਤਮਾ ਆ ਗਿਆ ਹਰ ਹਾਲ ਚ ਖੁਸ਼ ਰਹੋ ਨਿਤ ਪ੍ਰਾਰਥਨਾ ਕਰਨੀ ਨਾ ਭੁੱਲਿਓ ਪਵਿੱਤਰ ਆਤਮਾ ਦੇ ਕੰਮ ਵਿੱਚ ਰੋੜਾ ਨਾ ਬਣਿਓ ਚੰਗਾ ਕੰਮ ਕਰਿਓ ਆਪਣੇ ਦਾਸ ਵਾਸਤੇ ਦੁਆ ਕਰੋ ਦਾਸ ਤੁਹਾਡੇ ਵਾਸਤੇ ਦੁਆ ਕਰੇ ਤੁਹਾਨੂੰ ਵੀ ਪਤਾ ਦਾਸ ਕਿੰਨਾ ਚਿਰ ਆਪਾਂ ਕਿੰਨਾ ਚਿਰ ਉਹ ਪਹਿਲ ਪਰ ਇੱਥੇ ਕੋਈ ਕਿਸੇ ਦੇ ਜ਼ੋਰ ਨਹੀਂ ਹੈ ਇੱਥੇ ਕੋਈ ਕਿਸੇ ਦੇ ਤਾਮਸ ਨਹੀਂ ਪਰਮੇਸ਼ਰ ਦਾ ਕੰਮ ਹੈ ਭਾਈ ਜਿੰਦਾ ਜੀ ਇਹ ਤੇ ਭਾਈ ਰੱਬ ਦਾ ਕੰਮ ਹੈ ਇਹ ਤੇ ਪਵਿੱਤਰ ਆਤਮਾ ਦਾ ਕੰਮ ਹੈ ਜੋ ਤੁਹਾਡਾ ਸੇਵਾ ਉਹਨਾਂ ਦੇ ਆਸੇ ਸਭ ਦਵਾ ਕਰੋ ਪ੍ਰਭੂ ਸਾਡੀ ਸੇਵਾ ਦਾ ਹੋਰ ਆਸ਼ੀਸ਼ ਦੇ ਜੋ ਇੱਥੋਂ ਸੁਣ ਕੇ ਜਾਂਦੇ ਹੋ ਇੱਥੇ ਮਤਲਬ ਆਪਣੇ ਜੀਵਨ ਚ ਲੈ ਜਾਓ ਚਰਚ ਦੀਆਂ ਗੱਲਾਂ ਵਧੀਆ ਵਧੀਆ ਬਾਹਰ ਜਾ ਕੇ ਕਰੋ ਕਦੀ ਕਦੀ ਕੋਈ ਚਰਚ ਦੀ ਗੱਲ ਹੁੰਦੀ ਹੈ ਇੱਧਰ ਉੱਧਰ ਦੀ ਉਹ ਗੱਲਾਂ ਬੰਦ ਕਰੋ ਉਹ ਤੁਹਾਨੂੰ ਪ੍ਰੇਰਨਾ ਸ਼ੈਤਾਨ ਦਿੰਦਾ ਵੀ ਹੁਣ ਆ ਤੇਰੇ ਬਾਰੇ ਗੱਲ ਹੋਈ ਸੀ ਤੂੰ ਕਰ ਇਹਦੇ ਵਿੱਚ ਵੀ ਇੰਨੀ ਅੱਗ ਡੈਂਦੀ ਆ ਐ ਸਾਨੂੰ ਇੱਕ ਸ਼ਾਂਤੀ ਨਹੀਂ ਪੈਂਦੀ ਸਾਨੂੰ ਬਿਮਾਰੀ ਲੱਗਦੀ ਜੇ ਆ ਸੁਣੋ ਕਈ ਅਸੀਂ ਆਪਣੇ ਘਰ ਚ ਖੁਸ਼ ਹੁੰਦੇ ਹਾਂ ਦੇਖੋ ਜੀ ਪਹਿਲੇ ਕੋਈ ਹੋਰ ਹੀ ਬੁਰਾ ਆਤਮਾ ਸਾਡੇ ਘਰ ਅੰਠ ਕੇ ਗੱਲਬਾਤ ਸ਼ੁਰੂ ਕਰਦੇ ਤੇ ਖੁਸ਼ੀ ਪਹਿਲੇ ਉਹਦੀ ਲਾਮਤ ਸਾਨੂੰ ਚੁੱਭ ਜਾਂਦੀ ਉਹਦੇ ਨਿਰਾਸ਼ਾ ਵਿੱਚ ਆਇਆ ਸਾਨੂੰ ਸਾਡੀ ਨਿਰਾਸ਼ਾ ਆਓ ਕੋਈ ਨਿਰਾਸ਼ਾ ਚ ਆਇਆ ਕਿੱਦਾਂ ਵੀ ਆਪੀ ਖੁਸ਼ ਮੈਂ ਪ੍ਰਾਰਥਨਾ ਲਗਾਤਾਰ ਪ੍ਰਾਰਥਨਾ ਕਰੋ ਪਵਿੱਤਰ ਆਤਮਾ ਦੇ ਕੰਮ ਚ ਰੋੜਾ ਨਾ ਔਰ ਬਥੇਰੇ ਨੂੰਹ ਦੇ ਕੰਮ ਬੇੜੀ ਬਣਾਉਣ ਚ ਰੋੜਾ ਬਣੀ ਪਰ ਉਹ ਡੁੱਬ ਗਏ ਢੇਰਾ ਪ੍ਰਚਾਰਕ ਡੁੱਬ ਗਏ ਸਾਰਿਆਂ ਨੂੰ ਪਤਾ ਲੱਗਿਆ ਢੇਰਾ ਪ੍ਰਚਾਰਕ ਡੁੱਬ ਗਏ ਤੇਰਾ ਵਿਸ਼ਵਾਸੀ ਡੁੱਬ ਗਏ ਜਿਹੋ ਜਿਹਾ ਮੈਂ ਦੱਸਿਆ ਨੀ ਜੂਨ ਮੀਟਿੰਗ ਸੀ ਤੇ ਮੈਂ ਦੱਸਿਆ ਨਾ ਭਾਈ ਸਾਡੇ ਭਾਈ ਰੋਸ਼ਨ ਜੀ ਕਹਿੰਦੇ ਹੁੰਦੇ ਆ ਇੱਕ ਪ੍ਰਚਾਰਕ ਸੀ ਹੁਣ ਤੁਹਾਨੂੰ ਕੋਈ ਤੁਹਾਨੂੰ ਕੋਈ ਤੋਬਾ ਕਰਨ ਦੀ ਲੋੜ ਨਹੀਂ ਮੈਂ ਦੱਸਿਆ ਕਿਹਦਾ ਨਾਂ ਲਿਆ ਜਿਨ੍ਹਾਂ ਨੇ ਪ੍ਰਚਾਰ ਕੀਤਾ ਉਹਨਾਂ ਦੀ ਮੈਂ ਗੱਲ ਕਰਨੀ ਉਹਨਾਂ ਨੇ ਕਿਹਾ ਪਾਦ ਕਹਿੰਦਾ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹਾਂ 15-20 ਜੇ ਮੈਂ ਧੱਕੇ ਨਾ ਹੀ ਸਵਰਗ ਚ ਲੈ ਜਾਣੀ ਇੱਕ 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 ਇਹ ਕਿਹਦੀ ਪ੍ਰੇਰਨਾ ਰਾਜਾ ਇਹ ਪ੍ਰੇਰਨਾ ਸ਼ੈਤਾਨ ਦੀ ਤੁਸੀਂ ਕਦੀ ਪ੍ਰੇਰਨਾ ਨਾ ਲਓ ਜੇ ਕੋਈ ਤੁਹਾਡੇ ਘਰ ਚ ਆਣ ਕੇ ਆਉਂਦਾ ਨਾ ਪਹਿਲਾਂ ਤੁਸੀਂ ਕਿੱਥੇ ਜਾਂਦੀ ਹੈ ਨਹੀਂ ਕਰਦੇ ਤੇ ਤੁਸੀਂ ਕਹਿੰਦੇ ਮੈਂ ਪਹਿਲਾਂ ਆਪਣੇ ਪੇਕੇ ਜਿੱਥੇ ਜਾਂਦੀ ਸੀ ਉੱਥੇ ਜਾਂਦੀ ਸੀ ਉਹ ਜੇ ਤੁਹਾਨੂੰ ਆਣ ਕੇ ਆਖੇ ਨਾ ਵੀ ਹੁਣ ਉੱਥੇ ਜਾਓ ਫਿਰ ਤੁਹਾਡੇ ਕੋਲ ਜਵਾਬ ਠਾ ਕਰ ਦੋਣਾ ਜੀ ਉਹਨੂੰ ਛੱਡਿਓ ਨਾ ਫਿਰ ਉਹਨੂੰ ਕਹੋ ਵੀ ਜਿੱਥੇ ਮੈਂ ਆ ਗਈ ਹਾਂ ਇੱਥੇ ਇੱਥੋਂ ਨੀ ਪ੍ਰੇਰਨਾ ਮੈਂ ਚੱਲ ਕੋਈ ਕਿਸੇ ਦੇ ਘਰ ਆ ਕੇ ਸੇਵਾ ਦਾ ਤੇ ਕਹਿੰਦਾ ਫਿਰ ਤੂੰ ਉੱਥੇ ਜਾਓ ਉਹ ਬੀਬੀ ਨੇ ਕਿਹਾ ਉਹਨੇ ਕਿਹਾ ਵੀ ਆਹੋ ਇੱਕ ਹੋਰ ਪ੍ਰੇਰਨਾ ਦੇਣ ਵਾਲਾ ਆ ਗਿਆ ਗਰੇਸ ਘਰ ਮੈਂ ਤੇ ਕਈਆਂ ਨੇ ਤੋਬਾ ਕਰਾਈ ਗਾਂ ਚਲੀ ਗਈਆਂ ਪਿਆਰ ਆਈ ਕਦੀ ਮਾੜੋ ਮਿਲ ਗਿਆ ਤੂੰ ਉੱਠੀ ਆਈ ਕਦੀ ਰਿਮਕਾ ਨੂੰ ਕਦੀ ਆਈ ਇਹੋ ਜੀ ਪ੍ਰੇਰਨਾ ਵਾਲੇ ਲੋਕਾਂ ਨੂੰ ਚੰਗੀ ਤਰ੍ਹਾਂ ਨੱਚ
ਜਦੋਂ ਬਿੰਦੂ ਦਾ ਵਿਆਹ ਹੈ ਇਹਨਾਂ ਦੇ ਵਿਆਹ ਦੇ ਮੁਤਾਬਕ ਨਾ ਉੱਥੋਂ ਮੁੱਦਾਂ ਵਾਲਿਆਂ ਨੇ ਕਿਤੇ ਰਮਦਾਸ ਹੋਣ ਦੀ ਵੀ ਇੱਥੇ ਇੱਕ ਸਾਕ ਹੋਣ ਲੱਗਾ ਕੈਦਲ ਕਮਿਸ਼ਨ ਦੀ ਕੁੜੀ ਆ ਅਤੇ ਮੁੰਡਾ ਪਤਾ ਕਰੋ ਕਿੰਨਾ ਦਾ ਉਹਨਾਂ ਪਤਾ ਕੀਤਾ ਮੁੰਡਾ ਅੱਗੋਂ ਮਤਲਬ ਬਹੁਤ ਹੈ ਜੀ ਕਡਰ ਲੋਕਾਂ ਦਾ ਤੋ ਪਾਦਰੀ ਆ ਗਿਆ ਕਹਿੰਦਾ ਠੀਕ ਆ ਪਰੂਫ ਹਾਂ ਪਰੂਫ ਮੈਨੂੰ ਨਾ ਕਿਹਾ ਮੈਂ ਕਾਹਦੇ ਪਰੂਫ ਮੰਗਦਾ ਅੱਜ ਤੱਕ ਤਾਂ ਸੁਣਿਆ ਹੀ ਨਹੀਂ ਅੱਜ ਤੱਕ ਨਹੀਂ ਸੁਣਿਆ ਕੋਈ ਇਹੋ ਜਿਹੇ ਪਰੂਫ ਮਤਲਬ ਕਿ ਵੀ ਇੱਥੇ ਬੋਰਡ ਲੈ ਲਓ ਵੀ ਮੁੜ ਕੇ ਇਹਨਾਂ ਦੇ ਘਰ ਜਾਂਦੇ ਰਹੇ ਇਹ ਦਾਜ ਪਿੱਛੇ ਨਾਲ ਹੀ ਆ ਜਾਂਦਾ ਪਾਦਰੀ ਵੀ ਨਾਲ ਹੀ ਆਉਂਦਾ ਅੱਛਾ ਹੋਇਆ ਕੀ ਪਤਾ ਫਿਰ ਆਉਂਦਾ ਜੀ ਤੋਬਾ ਵਾਲੇ ਵਰਗੇ ਨਹੀਂ ਲੋਕ ਅਸੀਂ ਕਦੀ ਕਿਸੇ ਕੋਲ ਪੈਸੇ ਨਹੀਂ ਮੰਗਦੇ ਮਾੜਾ ਜਿਹਾ ਲਿਖ ਕੇ ਨਾ ਕਹਿੰਦਾ ਕੱਢ ਕੇ ਨਹੀਂ ਪੈਸੇ ਜਾਂ 100 ਰੁਪਏ ਕਹਿੰਦੇ ਇਹ ਚੰਗੀ ਪਤਾ ਜੀ ਇਹ ਸਿੱਖੀ ਸਿਖਾਈ ਇਹ ਆਉਂਦੀ ਤੂੰ ਤਾਂ ਹੁਣੇ ਹੀ ਕਹਿਣ ਡਿਆ ਤੋਬਾ ਵਾਲੇ ਤੇ ਤੂੰ ਸੁਣਾ ਉਹਦਾ ਕਿਹਾ ਨਹੀਂ ਇੱਦਾਂ ਹੀ ਗਿਆ ਸੀ ਸੇਵਾਦਾਰ ਕੰਮ ਕਰਦਾ ਤੁਸੀਂ ਵੀ ਓਦਾਂ ਹੀ ਕਰੋ ਸਾਨੂੰ ਕੋਈ ਲੋੜ ਨਹੀਂ ਆ ਇਹ ਸੁਣ ਦੀ ਗੱਲ ਤੇ 15-20 ਮੈਂ ਧੱਕੇ ਸ਼ਾਹੀ ਨਾਲ ਲੈ ਜਾਣੇ ਆ ਉਹ ਭਰਾਵਾ ਤੂੰ ਤੇ ਆਪ ਪਤਾ ਨੀ ਕਿੱਥੇ ਪਏ ਨਾ ਇਧਰ ਕਿਉਂ ਉਹ ਕਹਿੰਦਾ ਲਾ ਉਹ ਧਨੀ ਕਹਿੰਦਾ ਹੈ ਇਹ ਵੀ ਪ੍ਰਚਾਰ ਕਿਉਂ ਨਾ ਧਨੀ ਕਹਿੰਦਾ ਵੀ ਹੁਣ ਇਹਨੂੰ ਭੇਜ ਉਹਨੇ ਕਿਹਾ ਚੱਲ ਇੱਥੇ ਉਹਨੇ ਕਹਿਣ ਪਾਣੀ ਦੀ ਬੂੰਦ ਕਹਿੰਦਾ ਤੇ ਬਥੇਰੀਆਂ ਚਾਟੀਆਂ ਪੀ ਹੱਡੀਆਂ ਪਾਣੀ ਦੀ ਇਹ ਲਿਖਿਆ ਨੀ ਵੈਸੇ ਬਾਈਬਲ ਚ ਮੈਂ ਨਾਲ ਹੀ ਬੋਲ ਦਿੰਦਾ ਉਹਨੇ ਕਿਹਾ ਇੱਥੇ ਤੇ ਐਸ਼ ਕਰਦਾ ਰਿਹਾ ਸਾਰਾ ਕੁਛ ਖਾਂਦਾ ਰਿਹਾ ਪਰ ਹੁਣ ਤੇਰੇ ਵਾਸਤੇ ਇੱਕ ਵੀ ਬੂੰਦ ਪਾਣੀ ਦੀ ਆਮੀਨ ਉਹ ਕਹਿੰਦਾ ਵੀ ਲੈ ਜਾਣੇ ਤੂੰ ਆਪ ਜਾ ਕੇ ਖਾ ਜੇ ਟਿਕਟ ਇੱਥੋਂ ਲਈ ਹੈ ਨਾ ਜਨਾਣੇ ਦੀ ਉਹ ਤੁਸੀਂ ਅੰਮ੍ਰਿਤਸਰ ਦਾ ਸਫ਼ਰ ਕਰਕੇ ਗੇਟੀ ਦੱਸੋ ਮੈਨੂੰ ਉਤਰਨਾ ਪੈਣਾ ਨਾ ਜੇ ਨਹੀਂ ਉਤਰਦੇ ਤੇ ਭਲਾ ਫੇਰ ਜੇ ਰਾਜ ਮਿਲ ਜਾਂਦਾ ਉਹ ਚੈੱਕ ਕਰ ਉਹਨੇ ਆਪਣਾ ਟਿਕਟ ਤੇ ਉਹਨੇ ਕਿਹਾ ਕੀ ਲਿਖਤ ਜੇ ਤੁਹਾਡੀ ਜਹਾਜ਼ ਦੀ ਟਿਕਟ ਆਮੀਨ ਤੁਸੀਂ ਟ੍ਰੇਨ ਦਾ ਸਫ਼ਰ ਨਹੀਂ ਕਰਦਾ ਮੰਨ ਲਓ ਜੇ ਇੱਕ ਮਿੰਟ ਏਦਾਂ ਨੀ ਹੋਣਾ ਜੇ ਟ੍ਰੇਨ ਦੀ ਟਿਕਟ ਆ ਤੇ ਜਹਾਜ਼ ਦੀ ਵਰਤੋਂ ਨਹੀਂ ਕਰ ਸਕਦੇ ਵੀ ਚਲੋ ਮੈਂ ਟਿਕਟ ਤੇ ਕਟਾਈ ਹੈ ਚੱਲ ਜਹਾਜ਼ ਚ ਚੱਲਦੇ ਟ੍ਰੇਨ ਦੀ ਬਣਾ ਪੈਣਾ ਜੇ ਤੁਸੀਂ ਰਕਸ਼ਾ ਕਰਾਇਆ ਤੇ ਤੁਸੀਂ ਕਦੀ ਟੈਂਪੂ ਦੀ ਆਸ ਨਹੀਂ ਜੇ ਤੁਸੀਂ ਰੇਲ ਗੱਡੀ ਦੀ ਕਰਵਾਈ ਆ ਤਾਂ ਜਹਾਜ਼ ਦੀ ਤੁਸੀਂ ਸਫ਼ਰ ਅੰਦਰ ਹੀ ਐਂਟਰੀ ਹੋ ਸਕਦੀ ਉਹ ਕਿੰਨੇ ਲੋਕ ਬੇਵਕੂਫ ਨੇ ਕਿੰਨੇ ਲੋਕ ਕੋਝੇ ਹੈ ਜਿਹੜੇ ਕਹਿੰਦੇ ਆ ਪ੍ਰਚਾਰ ਕੀਤਾ ਸੀ ਦੀਨਾ ਨਗਰ ਉਹਨੇ ਕਿਹਾ ਜੇ ਰੇਲ ਦੀ ਗੱਡੀ ਹੈ ਤੇ ਜਹਾਜ਼ ਕਿਵੇਂ ਸਫ਼ਰ ਕਰਦੇ ਇਹ ਚੀਜ਼ਾਂ ਅਸੀਂ ਐਵੇਂ ਬਹੁਤ ਸੁਣੀਆਂ ਸੁਣ ਕੇ ਤੇ ਫਿਰ ਰੱਬ ਸਾਨੂੰ ਮੌਕਾ ਦੇ ਦਿੱਤਾ ਬੜੀ ਚੀਜ਼ ਉਹਨੇ ਬਣਾਈ ਬਹੁਤ ਉਹਨੇ ਕਿਹਾ ਜੇ ਮੇਰਾ ਐਕਸੀਡੈਂਟ ਹੋ ਜੇ ਨਾ ਤੇ ਜੇ ਮੇਰਾ ਪੂਰਾ ਪ੍ਰੂਫ ਨਹੀਂ ਮੇਰੇ ਇਹਦੇ ਚੋਂ ਨਿਕਲਦਾ ਮੈਂ ਆਪਣੇ ਮਾਂ ਬਾਪ ਆਪਣੇ ਪਰਿਵਾਰ ਚ ਨਹੀਂ ਘਰ ਨਹੀਂ ਜਾ ਸਕਦਾ ਕਿਉਂਕਿ ਮੇਰੇ ਕੋਲ ਪ੍ਰੂਫ ਜਿੰਨਾ ਚਿਰ ਸੁਨੀਤਾ ਬੀਬੀ ਸਾਡੇ ਕੋਲ ਪ੍ਰੂਫ ਨਹੀਂ ਉਹਨੇ ਕਹਿੰਦੇ ਸਾਡੀ ਲਾਸ਼ ਰੁੱਤ ਅੱਜ ਕਿਉਂ ਲੋਕੀ ਪ੍ਰੂਫ ਰੱਖਦੇ ਕਿਉਂ ਲੋਕੀ ਆਪਣੇ ਪ੍ਰਚਾਰ ਹੋਇਆ ਇਹਦੇ ਤੋਂ ਮੈਂ ਕਹਿ ਸਕਦਾ ਕਿ ਤੁਹਾਨੂੰ ਜ਼ਰੂਰ ਪ੍ਰੇਰਨਾ ਮਿਲੀ ਸ਼ੁਕਰਵਾਰ ਭਾਈ ਰਾਜੇ ਦਾ ਪ੍ਰਚਾਰ ਹੈ ਉਹਨਾਂ ਦਾ ਵੀ ਪ੍ਰਚਾਰ ਪ੍ਰੇਰਨਾ ਦੇਣ ਵਾਲਾ ਹੁੰਦਾ ਅਗਲਾ ਐਤਵਾਰ ਫਿਰ ਹਾਂਜੀ।